ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ। ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਤੇ ਮੇਰੇ ਨਾਲ ਨੇ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਸਾਹਿਬ, ਸਿਆਸੀ ਮਾਹਿਰ ਖਾਨਪੁਰ ਸਾਹਿਬ। ਪ੍ਰੋਗਰਾਮ 'ਚ ਸਵਾਗਤ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਚੱਠਾ ਸਾਹਿਬ ਸਤਿ ਸ੍ਰੀ ਅਕਾਲ, ਤੁਹਾਡਾ ਵੀ ਬਹੁਤ ਧੰਨਵਾਦ। ਹੋਰ ਸੁਣਾਓ ਕੀ ਹਾਲ ਹੈ? ਖਾਨਪੁਰ ਸਾਹਿਬ ਹਾਲ ਚਾਲ ਬਹੁਤ ਵਧੀਆ ਨੇ, ਪਰ ਜੋ ਪੰਜਾਬ ਦੇ ਅੰਦਰ ਹੋ ਰਿਹਾ ਹੈ ਕਿਤੇ ਨਾ ਕਿਤੇ ਚਿੰਤਾਜਨਕ ਜ਼ਰੂਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਆਪਾਂ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਟੈਰਰ ਫੰਡਿੰਗ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਜਿਹੜੇ ਕਿ ਘਰੋਂ ਪੜ੍ਹਨ ਦੇ ਲਈ ਜਾਂਦੇ ਨੇ, ਪਰ ਪਤਾ ਬਾਅਦ ਚੋਂ ਲੱਗਦਾ ਕਿ ਅਜਿਹੇ ਕਾਰਨਾਮੇ ਵੀ ਸਾਹਮਣੇ ਆਉਂਦੇ ਨੇ, ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਗੱਲਬਾਤ ਕਰਾਂਗੇ ਕਿ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ, ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਤੇ ਉਧਰ ਕਾਂਗਰਸ ਨੇ 28 ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਨੇ, ਤਾਂ ਕਾਂਗਰਸ ਦੀ ਹਾਲਾਤ ਕੀ ਆ ਪੰਜਾਬ ਦੇ ਅੰਦਰ, ਇਹ ਵੀ ਤੁਹਾਡੇ ਤੋਂ ਜਾਣਾਂਗੇ। ਤੇ ਨਾਲ ਹੀ ਗੱਲਬਾਤ ਕਰਾਂਗੇ ਜਿਹੜੀ ਇਕਬਾਲ ਸਿੰਘ ਲਾਲਪੁਰਾ ਨੇ ਜਿਹੜੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਤਾਂ ਸੁਣੇ ਸੀਗੇ, ਪਰ ਘੱਟ ਗਿਣਤੀਆਂ ਦੇ ਚੇਅਰਮੈਨ ਤੇ ਹਮਲਾ ਦੇ ਬੇਟੇ ਤੇ ਹਮਲਾ ਪਹਿਲੀ ਵਾਰ ਸੁਣਿਆ, ਤੇ ਇਸ ਨੂੰ ਲੈ ਕੇ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਖਾਨਪੁਰ ਸਾਹਿਬ, ਜਿਹੜੀ ਗ੍ਰਿਫਤਾਰੀ ਹੋਈ ਹੈ ਹਰਸ਼ਵੀਰ ਬਾਜਵਾ ਦੀ ਟੈਰਰ ਫੰਡਿੰਗ ਮਾਮਲੇ ਦੇ ਵਿੱਚ, ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੀ ਕੁਝ ਸਾਹਮਣੇ ਆਇਆ? ਚੱਠਾ ਸਾਹਿਬ, ਜਿਹੜੀ ਹਰਪ੍ਰੀਤ ਸਿੰਘ ਬਾਜਵਾ ਦੀ ਗ੍ਰਿਫਤਾਰੀ ਹੋਈ ਹੈ, ਉਹਦੇ ਪਿੱਛੇ 10 ਨਵੰਬਰ ਨੂੰ ਪ੍ਰਦੀਪ ਸਿੰਘ ਜਿਹੜਾ ਡੇਰਾ ਪ੍ਰੇਮੀ ਸੀਗਾ ਉਹਦੀ ਹੱਤਿਆ ਹੋਈ ਸੀ। ਉਹਦੀ ਹੱਤਿਆ ਦੇ ਜਿਹੜੇ ਦੋਸ਼ੀ ਸੀਗੇ ਉਹ ਮਨਪ੍ਰੀਤ ਮਨੀ ਸੀਗੇ। ਮਨਪ੍ਰੀਤ ਮਨੀ ਦੇ ਖਾਤੇ ਦੇ ਵਿੱਚ ਹਰਪ੍ਰੀਤ ਸਿੰਘ ਬਾਜਵਾ ਨੇ 20,000 ਰੁਪਈਆ ਪਾਇਆ। ਉਹ 20,000 ਰੁਪਈਏ ਦਾ ਜਦੋਂ ਬੈਂਕ ਖਾਤੇ ਉਦੋਂ ਪਤਾ ਲੱਗਿਆ, ਇਨਕੁਆਇਰੀ ਦੇ ਵਿੱਚ ਆਇਆ, ਉਹ ਜਿਹੜਾ ਹਰਸ਼ਪ੍ਰੀਤ ਸਿੰਘ ਬਾਜਵਾ ਨੇ ਪੈਸਾ ਪਾਇਆ ਸੀ ਉਹਦੇ ਕੋਲ ਫੰਡਿੰਗ ਇਹ ਬਾਹਰਲੇ ਦੇਸ਼ਾਂ ਦੇ ਵਿੱਚੋਂ ਹੁੰਦੀ ਸੀ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੇ ਟੈਰੋਰਿਸਟ ਆ, ਜਿੰਨੇ ਗੈਂਗਸਟਰ ਬਾਹਰ ਬੈਠੇ ਨੇ, ਉਹ ਫੰਡਿੰਗ ਕਰਦੇ ਨੇ। ਉਹ ਪੰਜਾਬ ਦੇ ਹਾਲਾਤ ਨੂੰ ਚੰਗਾ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸਾਡੇ ਨੌਜਵਾਨ ਅਨਪਲਾਇਮੈਂਟ ਨੇ ਤੇ ਪੈਸੇ ਨਾ ਹੋਣ ਕਰਕੇ ਉਹ ਕਿਸੇ ਨਾ ਕਿਸੇ ਵਿਚਾਰੇ ਏਦਾਂ ਅੱਧੇ ਧੱਕੇ ਚੜ੍ਹ ਜਾਂਦੇ, ਜਿਨ੍ਹਾਂ ਕਰਕੇ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਜੇਲ੍ਹਾਂ ਦੇ ਵਿੱਚ ਜਾਂ ਬੋਦਰੇਸ਼ਨ ਵਿੱਚੋਂ ਜਾਂ ਮਾਪਿਆਂ ਨੂੰ ਬਹੁਤ ਦੁਰੀ। ਬਹੁਤ ਹੀ ਮਾੜੀ ਗੱਲ ਹੈ ਕਿ ਹਰਸ਼ਪ੍ਰੀਤ ਸਿੰਘ ਬਾਜਵਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਅਤੇ ਯੂਨੀਵਰਸਿਟੀ ਦੇ ਵਿੱਚੋਂ ਸਟੂਡੈਂਟ ਹੈਗਾ। ਉਹਦਾ ਜਿਹੜਾ ਲਿੰਕ ਸੀਗਾ ਉਹਦਾ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾਡ ਨਾਲ ਅਤੇ ਲਖਵੀਰ ਲੰਡਾ ਦੇ ਨਾਲ ਅਤੇ ਹੋਰ ਬੰਦਿਆਂ ਦੇ ਨਾਲ ਸੀ। ਉਹਨੂੰ ਜਿਹੜੀ ਇਹ ਪਹਿਲਾਂ ਫੰਡਿੰਗ ਹੁੰਦੀ ਸੀ ਇਹ ਵੀ ISI ਪਾਕਿਸਤਾਨ ਜਿਹੜੀ ਏਜੰਸੀ ਹੈ ਉਹਨਾਂ ਦੇ ਥਰੂ ਉਹਨਾਂ ਨੂੰ ਹੁੰਦੀ ਸੀ, ਜਿਹਦੇ ਵਿੱਚ ਉਹਨਾਂ ਦੇ ਕੋਲ ਦੁਬਈ ਤੋਂ, ਅਮਰੀਕਾ ਤੋਂ, ਫਿਲੀਪਾਈਨ ਤੋਂ, ਇਟਲੀ ਤੋਂ, ਮਲੇਸ਼ੀਆ ਤੋਂ ਪੈਸੇ ਆਉਂਦੇ ਸਨ। ਕਿਉਂਕਿ ਜਦੋਂ ਨੌਜਵਾਨ ਇੱਕ ਵੀ ਵਾਰ ਕੋਈ ਇਹੋ ਜਿਹੇ ਗਰੋਹ ਦਾ ਮੈਂਬਰ ਬਣ ਜਾਂਦਾ ਉਹਨੂੰ ਫਿਰ ਪਿੱਛੇ ਮੁੜਨਾ ਬੜਾ ਮੁਸ਼ਕਿਲ ਹੋ ਜਾਂਦਾ, ਕਿਉਂ ਜਿੱਦਾਂ ਹੁੰਦਾ ਕਿ ਸੱਪ ਦੇ ਮੂੰਹ ਵਿੱਚ ਕੋਲ ਕੀੜੀ ਜੇ ਖਾਂਦਾ ਤਾਂ ਉਹ ਕੋਹੜੀ ਹੈ, ਜੇ ਛੱਡਦਾ ਤਾਂ ਕਲੰਕੀ ਹੈ, ਜੇ ਪਿੱਛੇ ਹਟਦਾ ਤਾਂ ਉਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਤੈਨੂੰ ਅਸੀਂ ਸੋਧ ਦਾਂਗੇ ਤੈਨੂੰ। ਜੇ ਉਹ ਇਸ ਪਾਸੇ ਚੱਲਦਾ ਤਾਂ ਕਿਸੇ ਨਾ ਕਿਸੇ ਦਿਨ ਪੁਲਿਸ ਦੇ ਅੜਿੱਕੇ ਵਿੱਚ ਆ ਜਾਂਦਾ, ਜਿਹਦੇ ਕਰਕੇ ਉਹਦੀ ਜ਼ਿੰਦਗੀ ਹੈ ਸਾਰੀ ਜ਼ਿੰਦਗੀ ਜੇਲ੍ਹਾਂ 'ਚ। ਇਹੀ ਜਿਹੜੇ ਕਾਰਨ ਨੇ ਸਾਡੇ ਨੌਜਵਾਨ, ਦੇਖੋ ਮਾਂ ਬਾਪ ਬੱਚੇ ਨੂੰ ਘਰੋਂ ਪੜ੍ਹਨ ਵਾਸਤੇ ਭੇਜਦੇ ਨੇ, ਖਰਚਾ ਦਿੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡਾ ਬੱਚਾ ਉੱਥੇ ਜਾ ਕੇ ਕਿਹੜੇ ਗਰੁੱਪ ਨਾਲ, ਕਿਹੜੇ ਸਮਾਜਿਕ ਕੁਰੀਤੀਆਂ ਜਾਂ ਕਿਹੜੇ ਗੈਂਗਸਟਰ ਨਾਲ ਜਾਂ ਕਿਹਨਾਂ ਦੇ ਨਾਲ ਉਹ ਸੰਬੰਧ ਹੈ। ਇਹ ਉਦੋਂ ਹੀ ਪਤਾ ਲੱਗਦਾ ਜਦੋਂ ਬੱਚਾ ਫਸ ਜਾਂਦਾ, ਪੁਲਿਸ ਉਹਨਾਂ ਦੇ ਘਰ ਤੱਕ ਜਾਂਦੀ ਹੈ। ਉਹ ਸੋਚਦੇ ਨੇ ਵੀ ਅਸੀਂ ਬੱਚੇ ਨੂੰ ਇਸ ਕਰਕੇ ਭੇਜਿਆ ਸੀਗਾ, ਇਸ ਲਈ ਹੁਣ ਉਹ ਹੈਗਾ ਜਿਹੜੀ ਏਜੰਸੀ ਹੈਗੀ ਹੈ SOC ਦੀ, ਜਿਹੜੀ ਏਜੰਸੀ SOI ਉਹਨਾਂ ਦੇ ਨਹੀਂ SOC ਐਸ ਓ ਆਈ ਨਹੀਂ ਜੀ ਐਸ ਨਹੀਂ ਜਿਹੜੀ ਇੰਟੈਲੀਜੈਂਸ ਜਾਂ SOSC ਦਾ ਜਿਹੜਾ ਹੈ, ਹਾਂ, ਉਹਨਾਂ ਨੇ ਗ੍ਰਿਫਤਾਰ ਕੀਤਾ। ਇਹਦੀ ਹੁਣ ਜਿਹੜੀ ਹੈ ਤਫਤੀਸ਼ ਬਹੁਤ ਅੱਗੇ ਚੱਲੇਗੀ, ਇੱਥੇ ਬਸ ਨਹੀਂ ਹੋਣੀ, ਹੋਰ ਵੀ ਜਿਹੜੇ ਸਟੂਡੈਂਟ ਨੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਤੱਕ ਵੀ ਇਹ ਚੇਨ ਚੱਲੇਗੀ, ਕਿਉਂਕਿ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦਾ ਕੁਛ ਵਿਗਾੜ ਨਹੀਂ ਸਾਡੀ ਸਰਕਾਰ ਸਕਦੀ। ਬੜੇ ਲੰਮੇ ਪ੍ਰੋਸੀਜਰ ਨੇ, ਇੰਟਰਪੋਲ ਨੂੰ ਲਿਖਣਗੇ, ਫਿਰ ਵਾਰੰਟ ਮੰਗਣਗੇ, ਅਤੇ ਜਿਹੜੇ ਹਿੰਦੁਸਤਾਨ ਪੰਜਾਬ 'ਚ ਬੈਠੇ ਨੇ ਉਹ ਤਾਂ ਪੁਲਿਸ ਦੀ ਹਰ ਟਾਈਮ ਗ੍ਰਿਫਤ ਦੇ ਵਿੱਚ ਜਦੋਂ ਮਰ ਚੱਕਣ। ਬਹੁਤ ਮੰਦਭਾਗੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਇਸ ਪਾਸੇ ਤੋਂ ਬਚ ਕੇ ਬਚਣਾ ਚਾਹੀਦਾ। ਜਿਵੇਂ ਮਾਂ ਬਾਪਾਂ ਨੂੰ ਆਸਾਂ ਨੇ, ਉਹਨਾਂ ਨੂੰ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਨੇ ਵੀ ਅਗਲਾ ਭਵਿੱਖ ਠੀਕ ਕਰਨਗੇ, ਸਾਡੇ ਭਵਿੱਖ ਨੂੰ ਵੀ ਸਵਾਰਨਗੇ, ਅਸੀਂ ਸਾਰੀ ਉਮਰ ਜਿਹੜੇ ਪਿੰਡਾਂ ਵਿੱਚ ਦਿਹਾੜੀ ਕਰਕੇ, ਖੇਤੀ ਕਰਕੇ ਜਾਂ ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਨ, ਕੱਲ੍ਹ ਨੂੰ ਚੰਗੇ ਅਵਸਰ ਲੱਗਣਗੇ ਸਾਡੀ ਉਮਰ। ਪਰ ਇਹ ਨਹੀਂ ਪਤਾ ਨਰ ਚਾਹਤ ਕੁਛ ਔਰ ਔਰ ਹੈ ਕੀ ਔਰ ਹੈ ਬਈ, ਬੰਦਾ ਚਾਹੁੰਦਾ ਕੁਛ ਹੈ ਤੇ ਬਣ ਕੁਛ ਜਾਂਦਾ। ਇਹ ਇੱਕ ਮਾਂ ਬਾਪਾਂ ਵਾਸਤੇ ਬਹੁਤ ਮਾੜੀ ਖਬਰ ਹੈ ਤੇ ਸਾਡੇ ਸਮਾਜ ਦੇ ਲਈ, ਸਭ ਲਈ ਮਾੜੀ ਖਬਰ ਹੈ ਕਿ ਸਾਡੀ ਨੌਜਵਾਨੀ ਨੂੰ ਚੰਗੇ ਪਾਸੇ ਲੱਗਣਾ ਚਾਹੀਦਾ।
इस पासे तो अपना ग्रेज करना है, तुहाडा एक भी गलत पासे पुट्टिया होया कदम तुहानू लंबा सफर तक वह गलती वाले पासे ले जा सकता है, थोड़ा चंगे पासे चुकया हुआ कदम तुहानू चंगियाईयां वल लै सकदा है। मैं बेनती करदा नौजवानों नू अपना आप भी बचाओ, अपने खानदान का भी बचाओ, अपने भविख न बचाओ, पढ़ाई करो, इदा के जेडे गैंगस्टार ने उन्हों तो अपना बचा रखो। बिल्कुल बिल्कुल। तो नाली खानपुर साहब गल करांगे, 28 जिला प्रधान नियुक्त किए ने कांग्रेस पार्टी ने, तो जो हालात बने हुए ने पंजाब के अंदर कांग्रेस पार्टी के वह भी जग जाहिर ने, तो जिस तरीके दे नाल हुण इह सूची जारी की है तो लगता है कि कांग्रेस की स्थिति दे विच कोई बदलाव लियाउणगे इह नवे ते पुराने चेहरे। चट्ठा साहब दिल्ली दे विच आल इंडिया दा जिहड़ा प्रधान बनया, उहदे प्रधान बन दे नाल पूरे हिंदुस्तान दे विच नवीं जिहड़ी हैगी है उह सफाबंदी होणी है, नवीआं इकाईआं बणनीआं, नवें प्रधान बणने, नवीआं बॉडीआं बणने, क्योंकि पिछली तां बॉडी सारी तकरीबन भंग ही हो चुकी है, कुछ छड्ड के चले गए, कुछ विदेशां विच भज गए ने, हुण कांग्रेस एक तरह खाली हो बैठी सी। हुण इत्थे पंजाब विच राजा बड़िंग प्रधान ने, उन्होंने 28 जिलों के रूलर प्रधान ते देहाती प्रधान ते अर्बन प्रधान उन्होंने जिहड़ी नियुक्ति की है, और नियुक्ति विच वह नवे बंदे आए ने जिन्हों का कोई मैं समझदा ज़्यादा सियासी का कैरियर भी है नहीं, ज़्यादा सियासी सूझ भी नहीं, एक जिहड़ी है खाना बंदी पूरी करने लई खाना भी अगे ना कोई कहे भी प्रधान नहीं इन्हां कोल है, प्रधान नहीं मिलिया, इसलिए 28 जिले के प्रधान ने बुलाए ने, वह हुण जिहड़ियां इलैक्शन आउणियां 2024 दियां उहदे वास्ते तैयारी करनगे, पिंडां 'च जाणगे, देखो किन्नी कारगुजारी किस तरह की कांग्रेस अगे करके दिखाऊगी नवीं टीम का, यह तो समय ही दसूगा। बिल्कुल, तो जिस तरीके दे नाल स्थितियां मारियां ने तो देखना जरूर होगा कि कांग्रेस पार्टी की स्थिति च कोई सुधार आउंदा कि नहीं। खानपुर साहब नाल ही अगे लोग सभा दीआं चोणां भी आ रहीआं ने, ते उस नूं लै के किस तरीके दीआं तैयारियां नजर आ रहीआं ने जमीनी पद्धर ते कांग्रेस दीआं? देखो जट्ठा साहब, ये जिहड़े प्रधान बनाए ने 28 जिलों के, वह इस वास्ते बनाए ने ताकि लोगों में जाके पिंडा शहरों के जाके ये लोगों को लाभबंद कर अपना लिंक बनाउण, कल्ले कल्ले कोल जाके कांग्रेस दीआं पॉलिसीआं दसण भी देखो जिहड़ी पिछली सी जिहड़े सारी लीडरशिप बदल गई है, हुण नवीं लीडर क्यों वे पत्ते आ खड़ खड़ लाई है, पत्त झड़े पुराने रुत्त नवें दी आई है, भाई जे पुराने पत्ते सी उह झड़ गए ने हुण नवें पत्ते आए हैं, ये पत्ते नवें तुसीं हो, पपड़ी ही आने जिदा बरोटे दरख्त पपड़ी ही फुटती है फिर पत्ता बनता है फिर वह होंगे, इस तरह इन्होंने नवे नौजवानों के जुम्मे ये जो पाई है इन्होंने जिम्मेवारी प्रधानगी देकर इन्होंने फिर हर सर्कल वैद के प्रधान बनाने ने, फिर इकाई पद्धर के पिंडा विच प्रधान बनाने ताकि पार्टी लामबंद होकर इलैक्शन के विच डोर टू डोर कंपेन करके कांग्रेस की स्थिति को मजबूत कर सके। तो जिहड़े पंजाब दे अंदर खानपुर साहब कांग्रेस छड्ड के भाजपा च गए सीगे उन्हां दी भी सुरक्षा वधाई गई है, ਉਹਨੂੰ ਕਿਵੇਂ ਦੇਖਦੇ ਹੋ? ਚੱਟਾ ਸਾਹਿਬ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀ ਕਾਂਗਰਸ ਨੂੰ ਛੱਡ ਕੇ, ਕੁਛ ਅਕਾਲੀਆਂ ਛੱਡ ਕੇ ਗਏ ਸੀ, ਉਹਦੇ ਵਿੱਚ 4 ਲੀਡਰ ਸਨ, ਬਲਵੀਰ ਸਿੰਘ ਸਿੱਧੂ ਕਾਂਗਰਸ ਵੱਲੋਂ ਸੀ, ਗੁਰਪ੍ਰੀਤ ਸਿੰਘ ਜੀ ਕਾਂਗੜ ਸੀਗੇ, ਜਗਦੀਪ ਸਿੰਘ ਸੀਗਾ, ਅਮਰਜੀਤ ਸਿੰਘ ਸੀਗਾ, ਇਹ BJP ਵੀ ਜੁਆਇਨ ਕੀਤੇ, ਇਹਨਾਂ ਨੂੰ ਧਮਕੀਆਂ ਥਰੈਟ ਬੜਾ ਕੁਛ ਆਉਂਦਾ ਸੀ, ਇਹਨਾਂ ਨੂੰ ਇੰਟੈਲੀਜੈਂਸੀ ਨੇ ਦੇਖਦੇ ਹੋਏ ਇਹਨਾਂ ਦੀ ਸੁਰੱਖਿਆ ਵਧਾਈ ਹੈ, ਦੇਖੋ ਇਹਨਾਂ ਦੀ ਸੁਰੱਖਿਆ ਵਾਧੂ ਕੀ ਪਤਾ VIP ਨੇ, ਹੁਣ ਆਮ ਲੋਕ ਵੀ ਸੁਰੱਖਿਅਤ ਨਹੀਂ ਹੈਗੇ, ਹਰ ਬੰਦਾ ਆਪਣੇ ਆਪ ਨੂੰ ਅਨਸੇਫ ਚਾਹੁੰਦਾ, ਘਰੋਂ ਬਾਹਰ ਨਿਕਲਦਾ, ਉਹਨੂੰ ਇਹ ਨਹੀਂ ਪਤਾ ਰਸਤੇ 'ਚ ਕਦੋਂ ਉਹਦੇ ਮੱਥੇ 'ਤੇ ਜਾਂ ਉਹਦੀ ਫੁਟਪੜੀ 'ਚ ਅਗਲਾ ਪਸਤੌਲ ਰੱਖੇ ਗਏ, ਜੋ ਕੁਛ ਵੀ ਹੈ ਤੇਰੇ ਕੋਲ ਰੱਖ ਦੇ, ਅੱਜ ਕੱਲ੍ਹ ਲੜਕੀਆਂ ਬਾਹਰ ਜਾਂਦੀਆਂ ਉਹ ਵੀ ਸੇਫ ਨਹੀਂ, ਕਈ ਵਾਰ ਬੱਸ ਅੱਡਿਆਂ ਦੇ ਉੱਤੇ ਜਾਂ ਕਾਲਜ ਜਾਂਦੇ ਜਾਂ ਕਿਤੇ ਜਾ ਰਹੇ ਇਹੋ ਜਿਹੇ ਮਨ ਚਲੇ ਲੋਕ ਨੇ ਜਿਹੜੇ ਸ਼ਰਾਰਤ ਕਰਕੇ ਹੋਏ, ਇਸੇ ਕਿਉਂਕਿ ਸਰਕਾਰ ਹੈ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਇੱਥੇ ਨਹੀਂ ਹੈਗੀ, ਪੰਜਾਬ ਦੀ ਸਰਕਾਰ ਹੁਣ ਗੁਜਰਾਤ ਸਰਕਾਰ ਚੱਲ ਰਹੀ ਹੈ, ਪੰਜਾਬ ਦੀ ਸਾਰੀ ਸਰਕਾਰ ਗੁਜਰਾਤ 'ਚ ਬੈਠੀ ਹੈ, ਮੈਨੂੰ ਲੱਗਦਾ ਕਿ ਅਗਲੀ ਇਲੈਕਸ਼ਨ ਪੰਜਾਬ ਜਿਹੜੀ ਹੈ ਇਹ ਗੁਜਰਾਤ 'ਚੋਂ ਹੀ ਲੜਨਗੇ, ਇੱਥੇ ਨਹੀਂ ਲੜਨਗੇ, ਕਿਉਂਕਿ ਜਦੋਂ ਇੱਥੋਂ ਖਾਲੀ ਕਰਕੇ ਚਲੇ ਗਏ, ਇਸ ਲਈ ਜਦੋਂ ਹੈੱਡ ਹੀ ਘਰ ਦਾ ਬਾਹਰ ਚਲਿਆ ਜਾਵੇ ਤਾਂ ਪਿੱਛੋਂ ਜੋ ਘਰ ਦਾ ਹਾਲ ਹੁੰਦਾ, ਇਸ ਲਈ ਪੰਜਾਬ ਦੀ ਸਥਿਤੀ ਜੋ ਡਾਵਾਂਡੋਲ ਹੈ, ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ, ਕੋਈ ਮਰਡਰ ਹੁੰਦਾ ਰਹਿੰਦਾ, ਕੋਈ ਬੈਂਕ ਡਕੈਤੀ ਹੁੰਦੀ ਹੈ, ਕੋਈ ਰੇਪ ਕੇਸ ਹੁੰਦਾ ਹੈ, ਇਹ ਕੋਈ ਖੋਹਾਂ ਹੁੰਦੀਆਂ ਨੇ, ਸਨੈਚਿੰਗ ਹੁੰਦੀ ਰਹਿੰਦੀ ਹੈ, ਇਸ ਲਈ ਸਰਕਾਰ ਨੂੰ ਪੰਜਾਬ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਤਾਂ ਪੁਲਿਸ ਅਫਸਰ ਵੀ ਬਦਲਣਗੇ, ਬਦਲ ਦਿੱਤੇ ਨੇ ਸਾਰੇ, SSP ਬਦਲਣੇ, IG ਤੱਕ ਬਦਲਣੇ ਨੇ, DSP ਤੱਕ ਬਦਲ ਗਏ, ਇਹਨਾਂ ਨੂੰ ਹੁਣ ਹੇਠਾਂ ਪੱਧਰ ਤੱਕ ਆਪਣਾ ਉਹ ਕਰਕੇ ਸਰਕਾਰ ਦਾ ਅੱਛਾ ਬਣਾਉਣਾ ਚਾਹੀਦਾ। ਬਿਲਕੁਲ, ਤਾਂ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਨੇ ਹੁਣ ਕਾਂਗਰਸ ਪਾਰਟੀ ਦੇ ਅੰਦਰ, ਅਤੇ
ਜਿਸ ਤਰੀਕੇ ਦੇ ਨਾਲ ਜਿਹੜੇ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਨੇ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੀਆਂ ਕਾਰਵਾਈਆਂ ਹੁੰਦੀਆਂ ਨੇ, ਹਾਲਾਂਕਿ ਸੁਰੱਖਿਆ ਕਾਰਨਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਡਰ ਦੇ ਮਾਰੇ ਨੇ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਸੀਗੇ, ਪਰ ਕਾਰਵਾਈਆਂ ਉਹਨਾਂ ਦੇ ਉੱਤੇ ਵੀ ਹੋ ਰਹੀਆਂ ਨੇ ਤੇ ਹੁਣ ਇਹ ਆਗੂਆਂ ਤੇ ਕਾਰਵਾਈ ਕਦੋਂ ਹੁੰਦੀ ਹੈ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਨਾਲੇ ਖਾਨਪੁਰ ਸਾਹਿਬ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਘੱਟ ਗਿਣਤੀਆਂ ਦੇ ਉੱਤੇ ਸਰਕਾਰਾਂ ਹਮਲੇ ਕਰਦੀਆਂ ਨੇ, ਪਾਰਟੀਆਂ ਹਮਲੇ ਕਰਦੀਆਂ ਨੇ, ਪਰ ਜੇਕਰ ਗੱਲ ਕੀਤੀ ਜਾਵੇ ਘੱਟ ਗਿਣਤੀਆਂ ਦੇ ਚੇਅਰਮੈਨ ਜਿਹੜੇ ਪਹਿਲਾਂ ਵੀ ਚਰਚਾ 'ਚ ਰਹੇ ਨੇ ਜਦੋਂ ਐਸਜੀਪੀਸੀ ਚੋਣਾਂ ਸੀਗੀਆਂ, ਅਕਾਲੀ ਦਲ ਨੇ ਵੀ ਬੜੇ ਗੰਭੀਰ ਇਲਜ਼ਾਮ ਲਾਏ ਸੀ ਉਹਨਾਂ ਤੇ, ਤੇ ਉਧਰ ਹੁਣ ਉਹਨਾਂ ਦੇ ਬੇਟੇ ਦੇ ਉੱਤੇ ਹਮਲਾ ਹੋਇਆ, ਕੀ ਕਾਰਨ ਨਜ਼ਰ ਆ ਰਹੇ ਨੇ? ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਤੇ ਕਾਂਗ ਅਤੇ ਬੀਜੇਪੀ ਦੀ ਜਿਹੜੀ ਵਰਕਿੰਗ ਕਮੇਟੀ ਹੈ ਆਲ ਇੰਡੀਆ ਦੇ ਉਹਦੇ ਵੀ ਮੈਂਬਰ ਅਤੇ ਡਟ ਕੇ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਵਿਰੁੱਧ, ਕਾਂਗਰਸ ਵਿਰੁੱਧ ਤੇ ਆਮ ਵਿਰੁੱਧ ਬੋਲਦੇ ਨੇ ਅਤੇ ਪੂਰਾ ਕਿਉਂਕਿ ਪੁਲਿਸ ਅਫਸਰ ਰਹੇ ਨੇ, SSP ਰਿਟਾਇਰ ਹੋਏ ਨੇ, ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਕਿਉਂਕਿ ਜਿਹੜਾ ਬੈਡ ਐਲੀਮੈਂਟ ਹੈ ਜਿਹੜੇ ਇੱਦਾਂ ਦੇ ਅਨਸਰ ਨੇ ਉਹ ਕੋਈ ਨਾ ਕੋਈ ਪ੍ਰੈਸ਼ਰ ਇੱਦਾਂ ਦਾ ਬਣਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਤੱਕ ਤਾਂ ਅਪਰੋਚ ਨਹੀਂ ਕਰ ਸਕਦੇ, ਉਹਨਾਂ ਕੋਲ ਜੈੱਡ ਸਿਕਿਉਰਿਟੀ ਹੈ, ਉਹਨਾਂ ਦੇ ਅੱਗੇ ਪਿੱਛੇ ਪੁਲਿਸ ਹੈ, ਉਹਨਾਂ ਦਾ ਲੜਕਾ ਨੂਰਪੁਰ ਬੇਦੀ ਉਹਨਾਂ ਦੀ ਫਾਰਮ ਦੇ ਉੱਤੇ ਆ ਰਿਹਾ ਸੀਗਾ, ਕਲਵਾ ਫਾਰਮ ਦੇ ਵਿੱਚ ਰਾਤ ਨੂੰ ਕੋਈ ਚੰਡੀਗੜ੍ਹੋਂ ਪ੍ਰੋਗਰਾਮ ਅਟੈਂਡ ਕਰ, ਜਦੋਂ ਉਹ ਜਾ ਰਹੇ ਸੀ ਉਹਨਾਂ ਦੇ ਅੱਗੇ ਪਿੱਛੇ ਇੱਕ ਸਵਿਫਟ ਕਾਰ ਉਹਨੂੰ ਨੋਬਿੰਗ ਕਰੇ ਦੇਖ ਰਹੀ ਸੀ, ਉਹਨਾਂ ਨੇ ਆ ਕੇ ਉਹ ਕਾਰ ਜਿਹੜੀ ਨੂਰਪੁਰ ਬੇਦੀ ਦੇ ਨੇੜੇ ਉਹ ਕਾਰ ਅੱਗੇ ਲਾ ਲਈ ਅਤੇ ਗੱਲ ਰੋਕ ਲਈ। ਉਹ ਕੁਦਰਤੀ ਕਿਸਮਤ ਚੰਗੀ ਸੀ ਕਿ PCR ਪੁਲਿਸ ਦੀ ਜਿਹੜੀ ਗੱਡੀ ਹੁੰਦੀ ਹੈ ਜੋ ਰਾਊਂਡ ਲਾਉਂਦੀ ਹੈ ਦੇਖ ਰਹੀ, ਉਹ ਪਿੱਛੇ ਆ ਰਹੀ ਸੀ, ਉਹ ਗੱਡੀ ਨੂੰ ਦੇਖ ਕੇ ਜਿਹੜੇ ਉਹ ਬਦਮਾਸ਼ ਸੀ ਆ ਜੋ ਕਿਹੜੀ ਇਰਾਦੇ ਨਾਲ ਲੁੱਟਣ ਦੇ ਨਾਲ ਆਏ ਸੀ ਜਾਂ ਮਾਰਨ ਦੇ ਨਾਲ ਆਏ ਸੀ ਜਾਂ ਕੀ ਕਰਨ ਆਏ ਸੀ, ਉਹ ਡਰ ਦੇ ਮਾਰੇ ਉੱਥੋਂ ਭੱਜ ਗਏ। ਭੱਜਣ ਤੋਂ ਬਾਅਦ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਕਾਬੂ ਨਹੀਂ ਆਇਆ। ਪਰ ਚੱਠਾ ਸਾਹਿਬ ਪਹਿਲਾਂ ਵੀ ਗੱਲ ਕੀਤੀ ਹੈ, ਹਾਲਾਤ ਚੰਗੇ ਨਹੀਂ ਪੰਜਾਬ ਦੇ, ਉਰੇ ਕੋਈ ਵੀ ਸੇਫ ਨਹੀਂ ਹੈਗਾ, ਹਰ ਬੰਦੇ ਦੀ ਜਾਨ ਨੂੰ ਖਤਰਾ, ਜੋ ਘਰੋਂ ਨਿਕਲਦਾ ਉਹ ਇਹੀ ਅਰਦਾਸ ਸੱਚੇ ਪਾਤਸ਼ਾਹ ਮੈਨੂੰ ਸਹੀ ਸਲਾਮਤ ਆਪਣੇ ਘਰ ਲਿਆ। ਇਸ ਲਈ ਲਾ ਐਂਡ ਆਰਡਰ ਦੀ ਸਥਿਤੀ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ, ਵਿਗੜਦੀ ਤਾਂ ਜਾ ਰਹੀ ਹੈ ਹਰਮੋ ਸਾਹਿਬ, ਕਾਰਨ ਕੀ ਪੰਜਾਬ ਮੰਨਦੇ ਹੋ? ਕਿਉਂਕਿ ਪਹਿਲਾਂ ਵੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਅੰਦਰ ਤਾਂ ਮੁੱਖ ਮੰਤਰੀ, ਹੁਣ ਭਗਵੰਤ ਮਾਨ ਨੇ, ਭਾਵੇਂ ਮੁੱਖ ਮੰਤਰੀ ਨੇ ਤਾਂ ਹਦਾਇਤਾਂ ਦੇਣੇ ਆਉਂਦੇ ਨੇ ਪੁਲਿਸ ਨੇ, ਪੁਲਿਸ ਤਾਂ ਉਹੀ ਹੁੰਦੀ ਹੈ, ਅਫਸਰ ਜ਼ਿਲ੍ਹਾ ਭਾਵੇਂ ਬਦਲ ਲੈਂਦੇ ਨੇ, ਸ਼ਹਿਰ ਭਾਵੇਂ ਬਦਲ ਲੈਂਦੇ ਨੇ, ਪਰ ਥੱਲੇ ਪੁਲਿਸ ਅਫਸਰ ਤਾਂ ਉਹੀ ਹੁੰਦੇ ਨੇ। ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਜ਼ਮੀਨੀ ਪੱਧਰ ਤੇ CM ਨੇ ਨਹੀਂ ਬਲਕਿ ਪੁਲਿਸ ਅਧਿਕਾਰੀਆਂ ਨੇ ਕਰਨਾ ਹੁੰਦਾ, ਤਾਂ ਫਿਰ ਜਦੋਂ CM ਬਦਲਦੇ ਨੇ, ਸਰਕਾਰਾਂ ਬਦਲਦੀਆਂ ਨੇ, ਤੇ ਫਿਰ ਇਸ ਤਰੀਕੇ ਦੀਆਂ ਕਾਰਗੁਜ਼ਾਰੀਆਂ 'ਚ ਬਦਲਾਅ ਕਿਉਂ ਨਜ਼ਰ ਆਉਂਦੇ ਨੇ? ਦੇਖੋ ਬਦਲਾਅ ਚੱਟਾ ਸਾਹਿਬ ਇਸ ਕਰਕੇ ਆਉਂਦੇ ਨੇ, ਹਰ CM ਆਪਣੀ ਮਰਜ਼ੀ ਦੇ ਅਫਸਰ ਜ਼ਿਲ੍ਹਿਆਂ ਵਿੱਚ ਜਾਂ IG DGP ਤੱਕ ਆਪਣੀ ਮਰਜ਼ੀ ਦੇ ਬੰਦੇ ਲਾਉਂਦੇ, ਉਹ ਆਪਣੀ ਮਰਜ਼ੀ ਦੇ ਬੰਦਿਆਂ ਦੇ ਹੱਥ ਆ ਜਾਂਦੇ ਵੀ ਹੁਣ ਸਾਨੂੰ ਇਹ 5 ਸਾਲ ਦਾ ਸਮਾਂ ਮਿਲਿਆ, ਪਤਾ ਨਹੀਂ ਮੁੜ ਕੇ ਸਰਕਾਰ ਬਦਲ ਗਈ, ਸਰਕਾਰ ਨੇ ਆਪਣੇ ਲੈ ਆਉਂਦੇ ਨੇ। ਇਸ ਲਈ ਜ਼ਿਆਦਾ ਸਾਡੀ ਜਿਹੜੀ ਪੁਲਿਸ ਨਫਰੀ ਹੈ ਉਹ ਬਾਹਰਲੀ ਸਟੇਟਾਂ 'ਚ ਘੁੰਮ ਰਹੀ ਹੈ, ਮੇਰਾ ਖਿਆਲ ਬਹੁਤ ਵੱਡੀ ਗਿਣਤੀ ਦਾ CM ਸਾਹਿਬ ਨਾਲ ਹੈ, ਕੁਛ ਪੁਲਿਸ ਹੈ ਜਿਹੜੀ ਉਹ VIP ਦੀ ਸਿਕਿਉਰਿਟੀ ਦੇ ਉੱਤੇ, ਕੁਛ ਉਹਨਾਂ ਦੇ ਘਰਾਂ 'ਤੇ ਬੈਠੀ ਹੈ, ਕੁਛ ਉਹਨਾਂ ਦੇ ਨਾਲ ਨਾਲ ਘੁੰਮ ਰਹੀ ਹੈ, ਕੁਛ ਇਸ ਕਰਕੇ ਜਿਹੜੀ ਪੁਲਿਸ ਦੀ ਨਫਰੀ ਹੈ ਉਹ ਬਹੁਤ ਘੱਟ ਹੈ। ਥਾਣਿਆਂ ਦੇ ਵਿੱਚ ਜਿੰਨੀ ਜਿੰਨੀ ਨਫਰੀ ਹੋਣੀ ਉਹਦੇ ਨਾਲੋਂ ਅੱਧਾ ਸਟਾਫ ਹੈ, ਉਹ ਅੱਧਾ ਸਟਾਫ ਕਿਤੇ VIP ਡਿਊਟੀ 'ਤੇ ਲੱਗਾ ਹੈ, ਕਿਤੇ ਨਾਕਿਆਂ 'ਤੇ ਖੜਾ ਹੁੰਦਾ ਉਹ ਕੇਸ। ਇਸ ਲਈ ਜਦ ਤੱਕ ਨਫਰੀ ਪੂਰੀ ਨਹੀਂ ਹੁੰਦੀ, ਜਦ ਤੱਕ ਲਾ ਐਂਡ ਆਰਡਰ ਕਾਬੂ ਨਹੀਂ ਹੋਣਾ ਹੈਗਾ, ਇਹਨਾਂ ਨੂੰ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਉਹ ਵੀ ਮੁੱਖ ਮੰਤਰੀ ਕੋਲ ਹੈ ਅਤੇ ਨਵੇਂ ਨਵੇਂ ਆਪਣੇ DGP ਵੀ ਨਵੇਂ ਲੱਗ ਗਏ ਨੇ, ਪਰ ਅਜੇ ਤੱਕ ਹਾਲਾਤ ਜਿੰਨੇ ਸੁਧਰਨੇ ਚਾਹੀਦੇ ਸੀ, ਜਿੰਨੇ ਚੰਗੇ ਹੋਣੇ ਚਾਹੀਦੇ, ਉਹਨੇ ਚੰਗੇ ਹੋ ਨਹੀਂ ਰਹੇ, ਸਗੋਂ ਕਿ ਹਾਲਾਤ ਵਿਗੜਦੇ ਹੀ ਜਾ ਰਹੇ ਨੇ। ਇਹਦੇ ਉੱਤੇ ਬਹੁਤ ਚਿੰਤਾ ਦਾ ਵਿਸ਼ਾ, ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣਾ, ਬਾਕੀ ਜੋ ਲੋਕਾਂ ਦੀਆਂ ਮੰਗਾਂ ਜਾਂ ਲੋਕਾਂ ਦੀ ਲੋੜਾਂ ਉਹਦਾ ਬਾਅਦ ਦੀ ਗੱਲ ਹੈ, ਸਭ ਤੋਂ ਪਹਿਲਾਂ ਤਾਂ ਆਪਣੀ ਜਾਨ ਹੈ, ਜੇ ਜਾਨ ਹੈ ਤਾਂ ਜਹਾਨ ਹੈ, ਜੇ ਜਾਨ ਨਹੀਂ ਤਾਂ ਜਹਾਨ ਤੋਂ ਕੀ ਲੈਣਾ। ਇਸ ਲਈ ਹਰ ਇੱਕ ਬੰਦੇ ਨੂੰ ਸੁਰੱਖਿਅਤ ਉਹਨੂੰ ਬਹੁਤ ਜ਼ਰੂਰੀ ਹੈ, ਹਰ ਬੰਦੇ ਨੂੰ ਚਾਹੇ ਬੀਬੀ ਹੈ ਚਾਹੇ ਬੁੱਢਾ ਚਾਹੇ ਨੌਜਵਾਨ ਹੈ ਚਾਹੇ ਕੋਈ ਹੈ, ਸੁਰੱਖਿਅਤ ਜ਼ਰੂਰੀ ਹੈ, ਸੁਰੱਖਿਅਤ ਦੀ ਅੱਜ ਘਾਟ ਹੈ, ਇਸ ਲਈ ਹਰ ਬੰਦਾ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਿਹਾ। ਬਿਲਕੁਲ, ਤਾਂ ਭਾਰਤੀ ਸੰਵਿਧਾਨ ਮੁਤਾਬਕ ਵੀ ਹਰ ਨਾਗਰਿਕ ਨੂੰ ਸੁਰੱਖਿਆ ਦਾ ਅਧਿਕਾਰ ਹੈ ਜਿਹੜਾ ਦਿੱਤਾ ਗਿਆ, ਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਹਰ ਨਾਗਰਿਕ ਨੂੰ ਇਹ ਅਧਿਕਾਰ ਹੈ ਜਿਹੜਾ ਮੁਹੱਈਆ ਕਰਾਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ, ਤੇ ਚੰਦ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਜੱਠਾ ਸਾਹਿਬ, ਸੰਦੇਸ਼ ਤਾਂ ਉਸ ਬਾਬਾ ਨਾਨਕ ਜੀ ਦਾ ਹੀ ਹੈ ਕਿ ਭੈ ਕਾਹੂ ਕੋ ਦੇਤ ਨਾ ਨਾ ਭੈ ਮਾਨ, ਅਤੇ ਨਾ ਤਾਂ ਕਿਸੇ ਨੂੰ ਡਰਾਓ ਅਤੇ ਨਾ ਹੀ ਕਿਸੇ ਤੋਂ ਡਰੋ, 10 ਨੌਹਾਂ ਦੀ ਕਿਰਤ ਕਰੋ, ਚੰਗੇ ਕੰਮ ਕਰੋ,
समाज दे विच अपना नाम पैदा करो। अज मैं एक होर थोनों मुबारकबाद दिना, अज साहब मिल्खा सिंह जी की जन्म शताब्दी है, जन्म दी बरसी है, जिन्हां ने पंजाब का नाम दुनिया विच उड़ने सिख फलाइंग सिख के नाँ पर रोशन किया। साढ़े नौजवानों को भी वो तो ये सिक्ख्या लैके पंजाब का नाँ चंगे पासे उच्चा करना। जी बहुत शुक्रिया। तो साढ़े नाल सारों के सिख बुद्धिजीवी ते सियासी माहिर सरदार प्रीतम सिंह खालपुर वड़ेंग साहब, जिन्होंने तमाम खबरों को लेकर अपने विचार रखे ने। उम्मीद करते तुम्हें प्रोग्राम पसंद आया होगा। अज के प्रोग्राम फिलहाल इन्ना ही। जुड़े रहो वीनिक पंजाब टीवी नाल, दिओ जाज, धन्यवाद।